ਤੁਸੀਂ ਦੇਖਿਆ ਸਾਡੇ ਮੁੱਖ ਮੰਤਰੀ ਸਾਹਿਬ, ਇੱਕ ਮਿੰਟ ਯਾਰ, ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜਦੋਂ ਲੋਕ ਸਭਾ ਦੇ ਐਮ ਪੀ ਸੀਗੇ ਤਾਂ ਉਹ ਆਪਣੀ ਗੱਲ 543 'ਚ ਰੱਖਣ ਵਾਸਤੇ ਇੱਕ ਮਿੰਟ ਦੇ ਵਿੱਚ ਪੂਰੀ ਕਰ ਲੈਂਦੇ ਸੀਗੇ। ਪਰ ਇਹਨਾਂ ਨੇ ਟਾਈਮ ਵੀ ਮਿਲਦਾ, ਸਭ ਕੁਛ ਹੁੰਦਾ, ਜਿੰਨਾ ਟਾਈਮ ਹੋਊਗਾ ਵੱਡਾ ਟਾਈਮ ਹੈ ਉਹ ਇਹਨਾਂ ਨੂੰ ਵੀ ਮਿਲੂਗਾ, ਔਰ ਆਪਣੀ ਗੱਲ ਰੱਖ ਸਕਦੇ ਨੇ। ਪਰ ਇਹਨਾਂ ਨੇ ਗੱਲ ਰੱਖਣੀ ਨਹੀਂ, ਜਿਵੇਂ ਪਿਛਲੀ ਵਾਰੀ ਵੀ ਤੁਸੀਂ ਦੇਖਿਆ ਇਹਨਾਂ ਦਾ ਕੀ ਮਕਸਦ ਹੁੰਦਾ, ਆਪਣੀ ਗੱਲ ਕਹੀ ਬਾਹਰ ਲਾਂਗੇ। ਅਸੀਂ ਪੰਜਾਬ ਦੇ ਮਸਲੇ ਸੁਣ ਲਈ ਤਿਆਰ ਹਾਂ, ਪਰ ਇੱਥੇ ਕਹਿਣ ਦਾ ਸਹੀ। ਸੋ ਤੁਸੀਂ ਦੇਖ ਲਓ, ਤੁਸੀਂ ਕੱਲ੍ਹ ਵੀ ਦੇਖ ਲਓ, ਇਹਨਾਂ ਨੇ ਅੰਦਰ ਖੜਨਾ ਕੋਈ ਨਹੀਂ, ਇਹਨਾਂ ਨੇ ਬਾਹਰ ਨੂੰ ਭੱਜਣਾ, ਜਿਵੇਂ ਪਤਾ ਨਹੀਂ ਕੀ ਇਹਨਾਂ ਦੇ ਕੋਈ ਭਰਿੰਡ ਲੜੀ ਹੁੰਦੀ ਹੈ। ਤੁਸੀਂ ਦੇਖ ਦੇਖੋ ਜਿਹੜੇ ਕਿਸਾਨ ਇੱਥੇ ਬੈਠੇ ਨੇ ਉਹਨਾਂ ਦੇ ਲਗਾਤਾਰ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਉਹਨਾਂ ਦੇ ਟੱਚ 'ਚ ਹੈ, ਲਗਾਤਾਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਔਰ ਗੱਲਬਾਤ ਰਾਹੀਂ ਜਿਹੜਾ ਮਸਲੇ ਦਾ ਹੱਲ ਹੈ ਉਹ ਜਿਹੜਾ ਕੱਢਿਆ ਜਾਊਗਾ। ਇਹ ਮੈਂ ਤੁਹਾਡੇ ਨਾਲ ਜਿਹੜਾ ਗੱਲਬਾਤ ਆਪਣੀ, ਤੁਸੀਂ ਦੇਖਿਆ ਸਾਡੇ ਮੁੱਖ ਮੰਤਰੀ ਸਾਹਿਬ, ਇੱਕ ਮਿੰਟ ਯਾਰ, ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜਦੋਂ ਲੋਕ ਸਭਾ ਦੇ ਐਮ ਪੀ ਸੀਗੇ ਤਾਂ ਉਹ ਆਪਣੀ ਗੱਲ 543 'ਚ ਰੱਖਣ ਵਾਸਤੇ ਇੱਕ ਮਿੰਟ ਦੇ ਵਿੱਚ ਪੂਰੀ ਕਰ ਲੈਂਦੇ ਸੀਗੇ। ਪਰ ਇਹਨਾਂ ਨੇ ਟਾਈਮ ਵੀ ਮਿਲਦਾ, ਸਭ ਕੁਛ ਹੁੰਦਾ, ਜਿੰਨਾ ਟਾਈਮ ਹੋਊਗਾ ਵੱਡਾ ਟਾਈਮ ਹੈ ਉਹ ਇਹਨਾਂ ਨੂੰ ਵੀ ਮਿਲੂਗਾ, ਔਰ ਆਪਣੀ ਗੱਲ ਰੱਖ ਸਕਦੇ ਨੇ। ਪਰ ਇਹਨਾਂ ਨੇ ਗੱਲ ਰੱਖਣੀ ਨਹੀਂ, ਜਿਵੇਂ ਪਿਛਲੀ ਵਾਰੀ ਵੀ ਤੁਸੀਂ ਦੇਖਿਆ ਇਹਨਾਂ ਦਾ ਕੀ ਮਕਸਦ ਹੁੰਦਾ, ਆਪਣੀ ਗੱਲ ਕਹੀ ਬਾਹਰ ਲਾਂਗੇ। ਅਸੀਂ ਪੰਜਾਬ ਦੇ ਮਸਲੇ ਸੁਣ ਲਈ ਤਿਆਰ ਹਾਂ, ਪਰ ਇੱਥੇ ਕਹਿਣ ਦਾ ਸਹੀ। ਸੋ ਤੁਸੀਂ ਦੇਖ ਲਓ, ਤੁਸੀਂ ਕੱਲ੍ਹ ਵੀ ਦੇਖ ਲਓ, ਇਹਨਾਂ ਨੇ ਅੰਦਰ ਖੜਨਾ ਕੋਈ ਨਹੀਂ, ਇਹਨਾਂ ਨੇ ਬਾਹਰ ਨੂੰ ਭੱਜਣਾ, ਜਿਵੇਂ ਪਤਾ ਨਹੀਂ ਕੀ ਇਹਨਾਂ ਦੇ ਕੋਈ ਭਰਿੰਡ ਲੜੀ ਹੁੰਦੀ ਹੈ। ਤੁਸੀਂ ਦੇਖ ਦੇਖੋ ਜਿਹੜੇ ਕਿਸਾਨ ਇੱਥੇ ਬੈਠੇ ਨੇ ਉਹਨਾਂ ਦੇ ਲਗਾਤਾਰ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਉਹਨਾਂ ਦੇ ਟੱਚ 'ਚ ਹੈ, ਲਗਾਤਾਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਔਰ ਗੱਲਬਾਤ ਰਾਹੀਂ ਜਿਹੜਾ ਮਸਲੇ ਦਾ ਹੱਲ ਹੈ ਉਹ ਜਿਹੜਾ ਕੱਢਿਆ ਜਾਊਗਾ। ਇਹ ਮੈਂ ਤੁਹਾਡੇ ਨਾਲ ਜਿਹੜਾ ਗੱਲਬਾਤ ਆਪਣੀ